एसजीपीसी प्रधान गोबिंद सिंह लौंगोवाल ने कहा है कि पहली पातशाही श्री गुरु नानक देव जी दे 550 साल प्रकाश पुरब नूं वड्डे पद्धर ते मनाया जाएगा ते इस दे तहत अगला सारा साल गुरपुरब नूं समर्पित होएगा ते हर हल्के विच गुरमत समागम किए जाणगे। पीटीसी न्यूज़ के पत्रकार मनिंदर सिंह मौंगा दे नाल खास गलबात करदिआं लौंगोवाल ने सिख संगत नूं डेरावाद छड्डण दी अपील की। सिरमौर संस्था श्रोमणी गुरुद्वारा प्रबंधक कमेटी के नव नियुक्त प्रधान गोबिंद सिंह लौंगोवाल इस वक्त साढ़े नाल ने गल करांगे लौंगोवाल साहब नाल वख-वख मुद्दिआं ते। प्रधान जी, सब तो पहला सवाल श्रोमणी गुरुद्वारा प्रबंधक कमेटी के प्रधान की जिहड़ी सेवा मिली है अज की चुनौतियां तुहानूं नज़र आ रही हैं ते उन्हां नूं किवें हल कीता जाऊ? देखो, एक तो यह सी कि साडी जिहड़ी सिख गुरमत लहर असीं श्री दरबार साहब तख्त साहब तो शुरू की सी उस लहर नूं होर प्रचंड किया जाऊगा। असी हर हल्के दे विच तकरीबन दो दो गुरमत वड्डे समागम कराउण दा असी प्रोग्राम लिखांगे, उन्हों पिंड पिंड लैके जावांगे, वधिया तरीके दे नाल जिहड़े सारे ये प्रोग्राम किए जाणगे। दूसरा जिहड़ा है साढ़े 500 साल गुरु नानक साहिब दा प्रगट गुरपुरब जिहड़ा आ रहा है उहनूं विश्व पद्धर ते मनाउण दीआं जिहड़ियां तैयारियां ने ਉਹ ਆਰੰਭ ਹੋ ਚੁੱਕੀਆਂ ਨੇ। ਅਗਲਾ ਸਾਲ ਜਿਹੜਾ ਆ ਰਿਹਾ ਉਹ ਸਾਰਾ ਉਹਨਾਂ ਦੇ ਤਿਆਰੀਆਂ ਸੰਬੰਧੀ ਉਸ ਲਹਿਰ ਨੂੰ ਅੱਗੇ ਵਧਾਉਣ ਵਾਸਤੇ ਥਾਂ ਥਾਂ ਅਸੀਂ ਜਿਹੜੇ ਗੁਰਮਤਿ ਸਮਾਗਮ ਜਿਹੜੇ ਉਹ ਕਰਾਏ ਜਾਣਗੇ। ਸੋ ਵੱਡਾ ਸਮਾਗਮ ਜਿਹੜਾ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਉੱਥੇ ਕਰਵਾਇਆ ਜਾਵੇਗਾ ਅਤੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਉੱਥੇ ਵੀ ਵੱਡੇ ਜਿਹੜੇ ਜਥੇ ਭੇਜੇ ਜਾਣਗੇ। ਉਹਦੇ ਲਈ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਸਾਰਾ ਟਾਈ ਅਪ ਕਰਕੇ ਇਹਨੂੰ ਬੜੇ ਵਿਸ਼ਵ ਪੱਧਰ 'ਤੇ ਅਸੀਂ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਗੁਰਪੁਰਬ ਹੈ ਉਹਦੀਆਂ ਜਿਹੜੀਆਂ ਵੱਡੀਆਂ ਤਿਆਰੀਆਂ ਨੇ ਅਗਲੇ ਸਾਲ ਤੋਂ ਜਿਹੜੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ। ਜੇਕਰ ਜੇ ਸਿੱਖ ਕੌਮ ਦੀ ਗੱਲ ਕਰੀਏ ਤਾਂ ਅਲੱਗ ਅਲੱਗ ਫਰੈਕਸ਼ਨਸ 'ਚ ਵੰਡੀ ਨਜ਼ਰ ਆਉਂਦੀ ਸਿੱਖ ਕੌਮ, ਕਿਤੇ ਨਾ ਕਿਤੇ ਜਿਹੜਾ ਡੇਰਾਵਾਦ ਹੈ ਉਹ ਬਹੁਤ ਜ਼ਿਆਦਾ ਜਿਹੜਾ ਪਨਪਰਿਆ ਵੱਧ ਰਿਹਾ। ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਡੇਰਾਵਾਦ ਨਾਲ ਜਿਹੜੀਆਂ ਅਸੀਂ ਕਿਤੇ ਦੂਰ ਜਾ ਰਹੇ ਸੀ, ਭਾਵੇਂ ਸਰਸੇ ਡੇਰੇ ਦੇ ਨਾਲ ਜਾ ਰਹੇ ਸੀ ਜਾਂ ਕਿਸੇ ਹੋਰ ਡੇਰਿਆਂ ਦੇ ਨਾਲ ਜੁੜੇ ਹੋਏ ਸੀ ਲੋਕ ਸੀ, ਉਹਨਾਂ ਨੂੰ ਪੂਰੀ ਪ੍ਰੇਰਨਾ ਕਰਕੇ ਔਰ ਪ੍ਰੇਰ ਕੇ ਜਿਹੜਾ ਹੈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਜਿਹੜਾ ਹੈ ਪੂਰਾ ਉਪਰਾਲਾ ਕੀਤਾ ਜਾਵੇਗਾ। ਇਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲਾ ਜਿਹੜਾ ਸਾਲ ਹੈ ਉਹ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੀਤਾ ਜਾਊਗਾ ਔਰ ਇਸ ਸਾਲ ਦੇ ਦੌਰਾਨ ਵੱਡੇ ਵੱਡੇ ਸਮਾਗਮ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤੇ ਜਾਣਗੇ। ਨਾਲ ਹੀ ਇਹਨਾਂ ਦਾ ਇੱਕ ਸੁਨੇਹਾ ਹੈ ਡੇਰਾ ਸੱਚਾ ਸੌਦਾ ਨਾਲ ਜੁੜੇ ਪ੍ਰੇਮੀਆਂ ਨੂੰ ਕਿ ਸਿੱਖ ਉਹਨਾਂ ਨੂੰ ਸਿੱਖ ਧਰਮ ਦੇ ਨਾਲ ਜੁੜਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਲਈ ਯਤਨ ਜਿਹੜੇ ਹੈ ਉਹ ਤੇਜ਼ ਕੀਤੇ ਜਾਣਗੇ। ਨਾਲ ਹੀ ਪ੍ਰਧਾਨ ਜੀ ਨੇ ਇੱਕ ਮੈਸੇਜ ਦਿੱਤਾ ਸੰਗਤਾਂ ਨੂੰ ਕਿ ਪ੍ਰਦੂਸ਼ਣ ਦੇ ਮਾਮਲੇ ਵਿੱਚ ਸੰਗਤਾਂ ਨੂੰ ਜਾਗਰੂਕ ਕਰਨ ਲਈ ਇੱਕ ਅਪੀਲ ਕੀਤੀ ਹੈ ਕਿ ਇਸ ਵਾਤਾਵਰਨ ਸੰਭਾਲ ਦੇ ਨਾਲ ਨਾਲ ਸਿਹਤ ਸੰਭਾਲ ਲਈ ਸੰਗਤਾਂ ਜਿਹੜੀਆਂ ਜਾਗਰੂਕ ਹੋਣ ਅਤੇ ਆਪਣੇ ਆਲੇ ਦੁਆਲੇ ਦੇ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨ ਕਰਨ। ਕੈਮਰਾਮੈਨ ਸਿਕੰਦਰ ਦੇ ਨਾਲ ਮਨਿੰਦਰ ਸਿੰਘ ਮੋਂਗਾ, ਪੀਟੀਸੀ ਨਿਊਜ਼, ਅੰਮ੍ਰਿਤਸਰ।